ਕਰੇ ਜਾਮਾ ਸਤਿਗੁਰ ਦੇ ਮੈਂ ਵਾਰੇ ਜਾਮਾ ਸਤਿਗੁਰ ਦੇ ਜਿਨ ਸਭ ਦੇ ਕਾਜ ਸਵਾਰੇ ਨੇ ਅੱਜ ਖੂਬ ਰੌਣਕਾਂ ਲਾਈਆਂ ਨੇ ਦੇਖੋ ਬਈ ਸਿਰਜਣਹਾਰੇ ਨੇ ਉਹ ਹਰ ਦਿਲ ਅੰਦਰ ਵਸਦਾ ਏ ਉਹ ਹਰ ਚਿਹਰੇ ਵਿੱਚ ਹੱਸਦਾ ਏ ਸਾਡੀ ਜ਼ਿੰਦਗੀ ਰੋਸ਼ਨ ਕਰ ਦਿੱਤੀ ਉਸ ਦੇ ਇੱਕੋ ਲਿਸ਼ਕਾਰੇ ਨੇ ਮੈਂ ਵਾਰੇ ਜਾਵਾਂ ਸਤਿਗੁਰ ਦੇ ਜਿਨ ਸਭ ਦੇ ਕਾਜ ਸਵਾਰੇ ਸਭ ਦੇ ਕਾਜ ਸਵਾਰਨ ਵਾਲਾ ਸੱਚੇ ਪਾਤਸ਼ਾਹ ਉਹਦਾ ਥੈਂਕਸ ਕਰਦੇ ਹਾਂ ਉਹਨਾਂ ਦਾ ਮੇਰੇ ਨਵੇਂ ਪੁਰਾਣੇ ਗੀਤਾਂ ਦੇ ਨਾਲ ਹਾਜ਼ਰੀ ਪ੍ਰਵਾਨ ਕਰਨੀ ਮੇਰੀ ਨੀ ਇੱਕ ਗੱਭਰੂ ਦਿਲ ਭਰ ਜਾਨੀ ਨੀ ਮੈਥੋਂ ਮੰਗਦਾ ਪਿਆਰ ਨਿਸ਼ਾਨੀ ਇੱਕ ਗੱਭਰੂ ਦਿਲ ਭਰ ਜਾਨੀ ਨੀ ਮੈਥੋਂ ਮੰਗਦਾ ਪਿਆਰ ਨਿਸ਼ਾਨੀ ਉਹਨੇ ਫੜ ਲਈ ਹਾਏ ਨੀ ਉਹਨੇ ਫੜ ਲਈ ਉਹਨੇ ਫੜ ਲਈ ਹਾਏ ਨੀ ਉਹਨੇ ਫੜ ਲਈ ਉਹਨੇ ਫੜ ਲਈ ਨਰਮ ਜਹੀ ਬਾਣੀ ਮੈਂ ਥਾਏ ਮਰ ਗਈ ਉਹਨੇ ਪੁੱਛਿਆ ਜਦੋਂ ਮੇਰਾ ਨਾਨੀ ਮੈਂ ਥਾਏ ਮਰ ਗਈ ਉਹਨੇ ਪੁੱਛਿਆ ਜਦੋਂ ਮੇਰਾ ਨਾਨੀ ਮੈਂ ਥਾਏ ਮਰ ਗਈ ਉਹਨੇ ਪੁੱਛਿਆ ਜਦੋਂ
थैंक यू सो मच, थैंक यू सो मच। बहुत प्यारी ऑडियंस है, थोड़िया ताड़ियां देख के मेरा एक और गीत गाने जी कर रहा है। मेरा एक लिखा हुआ गीत बहुत हिट होया सी, हर पल खैर मनावण हर पल खैर मनावण ए बाबल दे खेड़े दी धियां ते तरेकां हुंदियां रौनक वेड़े दी भई धियां ते तरेकां हुंदियां रौनक वेड़े दी भई रखड़ी बनदी सौ सौ सुपने वेखे हुंदे ने सके वीर ता सारी उम्र दे पेके हुंदे ने मौज किते नी लभदी बापू वाले कनेड़े दी आतियां ते तरेकां हुंदियां रौनक वेड़े दी भई सोला याने गल सच्ची है नहीं भुलेखे दी बलवीर सियां बरकत हुंदी है घर देखे दी ओए मां दियां चिड़कां जड़ हुंदियां ने हरड़ बहेड़े दी भई तियां ते तरेकां हुंदियां रौनक वेड़े दी थैंक यू सो मच। बहुत बहुत चंगा लग रहा, बड़ा प्यार दे रहे हो। पिछले जो फिल्म से गीत आया सी मेरा वो फरमाइश हमेशा ही रहती है, मेरे लिखे हुए बहुत गीतों बहुत कलाकार ने गाया, अज लिखे हुए गीतों करके गुणा चोरिया पासी होर उन्होंने सम्मान हो रहा मेरे वालों, बहुत बहुत मुबारक है। आत्मा बुढ़े वाली आ अमन रोजी जी, गैरी संधु सारे थे पहुँच रहे हैं, वेलकम जी है आखते हैं। हाय नी तेरे हैप्पी बर्थडे ते हाय नी तेनु हैप्पी बर्थडे नी कह के देना 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 दे
यू सो मच, थैंक यू। बहुत प्यारी ऑडियंस है। मैं कई बार एक गल सुना हूं, मैं पहली बार जो कैनेडा आया मैं स्टारबक्स में कॉफ़ी का कप लेके निकलिया। पहला भी कई बार मैं जोक सुनाया बहुत अच्छा है। मैं ज्यों ही स्टारबक्स चो कॉफ़ी का कप लेके निकलिया, एक गोरी भैन जी के बजया, तो मैं पिंडों आया हुआ, तो मेरी भाषा सी जी उ निकली मेरे मूँह चो। मैं क्या माफ करना भैन जी, कहती Why are you swearing at me? I say not swearing at you. She says you swearing at me. I call 911. I say I not swearing at you. She said I understand your language. I have desi Punjabi boyfriend truck driver. When he was mad at me, he swear at me like this. Teri pehn di. Then I say I not say teri pehn di. I say meri pehn ji. This is your respect. She said what the hell, I don't understand what is the difference between teri pehn di and meri pehn ji. ਜ਼ੋਰਦਾਰ ਤਾੜੀ ਮੇਰੇ ਉਹਨਾਂ ਵੀਰਾਂ ਲਈ ਜਿਨ੍ਹਾਂ ਨੂੰ ਇਹ ਲੈਂਗੁਏਜ ਨਹੀਂ ਵੀ ਆਉਂਦੀ ਸੀ ਤਾਂ ਵੀ ਇੱਥੇ ਆ ਕੇ ਸਰਦਾਰੀ ਕੀਤੀ ਆ, ਮੇਰੇ ਸਾਰੇ ਵੀਰਾਂ ਲਈ। ਹਾਂਜੀ ਪਲੀਜ਼ ਤੁਸੀਂ ਤੁਹਾਡੀ ਜ਼ੋਰਦਾਰ ਤਾੜੀਆਂ 'ਚੋਂ ਗੀਤ ਪੇਸ਼ ਕਰਨ ਲੱਗਾ ਜਿਹੜਾ ਤੁਸੀਂ ਹੁਣ ਕਹੋਗੇ। ਕਿਹੜਾ ਗਾਣਾ? ਲੈ ਲਓ ਪੇੜਾ। ਨੀ ਮੇਲੇ ਵਿੱਚ ਉੱਡਦੇ ਪਕਾਨੇ ਗੋਰੀਏ, ਨੀ ਦੇਲਾ ਕਿਹੜਾ ਸ਼ੌਂਕ ਦਾ ਨਣਾਨੇ ਗੋਰੀਏ, ਦਿਲ ਕਿਹੜਾ ਕਿਤੇ
ਸੋ ਮੱਚ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਬਹੁਤ ਬਹੁਤ ਥੈਂਕ ਯੂ ਕਰਦਾ ਕਿ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਅਤੇ ਅਗਲਾ ਪ੍ਰੋਗਰਾਮ ਸਿਮਰਨ ਜੀ ਹਾਂਜੀ ਕਿਵੇਂ ਹੋ ਸਾਰੇ ਹੁਣ ਸਾਰੇ ਐਨਰਜੀ ਆ ਗਈ ਸਾਰਿਆਂ 'ਚ ਥੋੜ੍ਹੀ ਜਿਹੀ ਹੋਰ ਤਾੜੀਆਂ ਮਾਰ ਕੇ ਇੱਕ ਵਾਰ ਦੱਸ ਦਿਓ ਸੋ ਕਹਿੰਦੇ ਹੱਸਣਾ ਜ਼ਰੂਰੀ ਹੁੰਦਾ ਅਤੇ ਵਧੀਆ ਹੁੰਦਾ ਸਿਹਤ ਲਈ ਸੋ 5 ਮਿੰਟ ਥੋੜ੍ਹੇ ਚਿਰ ਵਾਸਤੇ ਕਾਕੇ ਸ਼ਾਹ ਕੋਮੇਡੀਅਨ ਤੁਹਾਡੇ ਸਾਹਮਣੇ ਪੇਸ਼ ਹੋਣਗੇ ਤੁਹਾਨੂੰ ਥੋੜ੍ਹਾ ਜਿਹਾ ਹੋਰ ਪੰਪ ਅਪ ਕਰਨ ਵਾਸਤੇ ਐਂਡ ਇਟਸ ਰਾਈਟ ਥੋੜ੍ਹਾ ਟਾਈਮ ਘੱਟ ਇਸ ਕਰਕੇ ਦੌੜ ਕੇ ਆ ਵੀ ਆ ਗਿਆ ਵੈਸੇ ਆ ਤਾਂ ਕਿਹਾ ਤਾੜੀਆਂ ਵਾਲੀ ਭੂਗੋਲ ਨੇ ਵਜਾਉਣੀ ਹੈ ਜਿਹਨਾਂ ਦੇ ਹੱਥ ਖਾਲੀ ਨੇ ਉਹ ਤਾੜੀਆਂ ਮਾਰ ਦਿਓ ਜਿਹਨਾਂ ਦੇ ਹੱਥ ਗਲਾਸ ਦਾ ਜਵਾਕ ਉਹ ਤਾੜੀ ਬਿਲਕੁਲ ਨਾ ਵਜਾਈਓ ਗਲਾਸ ਛੁੱਟ ਜਾਊਗਾ ਗਲਾਸ ਛੁੱਟ ਜਾਊਗਾ ਫਾਇਦਾ ਕੁਛ ਨਹੀਂ ਹੋਣਾ ਸੋ ਮੇਰਾ ਨਾਂ ਕਾਕੇ ਸ਼ਾਹ ਜਾਂ ਭੁੱਟੂ ਸ਼ਾਹ ਨੇ ਟੀ ਵੀ 'ਤੇ ਫਿਲਮਾਂ 'ਚ ਬਹੁਤ ਵਾਰੀ ਵੇਖਿਆ ਹੋਏਗਾ ਅੱਜ ਮੈਂ ਤਾਂ ਨਹੀਂ ਪਹਿਚਾਣ ਰਿਹਾ ਕਿਉਂਕਿ ਅੱਜ ਮੈਂ ਨਹਾ ਕੇ ਆਇਆ ਪੰਜਾਬ 'ਚ ਦੋ ਹੀ ਕਲਾਕਾਰ ਸੋਹਣੇ ਸੀ ਇੱਕ ਮੈਂ ਦੂਜਾ ਸਾਬਰ ਗੋਟੀ ਸਾਬਰ ਭਾਜੀ ਰੱਬ ਨੂੰ ਪਿਆਰੇ ਹੋ ਗਏ ਮੈਂ ਹਜੇ ਤੱਕ ਕਿਸੇ ਨੂੰ ਪਿਆਰਾ ਨਹੀਂ ਹੋਇਆ ਤੋ ਮੇਰੇ ਨਾਲ ਮੇਰੇ ਬਹੁਤ ਅੱਛੇ ਕਮੇਡੀਅਨ ਦੀਪਕ ਰਾਜਾ ਜੀ ਦੀਪਕ ਜੀ ਪਲੀਜ਼ ਪਲੀਜ਼ ਇੱਕ ਵਾਰੀ ਜ਼ੋਰਦਾਰ ਤਾੜੀਆਂ ਦੀਪਕ ਰਾਜਾ ਜੀ ਦੱਸੇ ਟਾਈਮ ਸਿਰਫ 5 ਮਿੰਟ ਮਿਲੇ ਆ ਜੀ ਕਿਉਂਕਿ ਵਾਰਸ ਬ੍ਰਦਰ ਬਿਲਕੁਲ ਰੇਡੀ ਨੇ ਜਿਹਨਾਂ ਦਾ ਇੰਤਜ਼ਾਰ ਤੁਸੀਂ ਸਾਰੇ ਕਰ ਰਹੇ ਹੋ ਸੋ ਅੱਛਾ ਕਿੰਨਾ ਪਿੱਛੇ ਚੱਲ ਜਾਓ ਉਹ ਮਗਰ ਚੱਲ ਜਾਓ ਅੱਛਾ ਜੀ ਸੋ ਸਾਰੇ ਤੁਸੀਂ ਇੰਨੇ ਪਿਆਰ ਸਤਿਕਾਰ ਨਾਲ ਬੈਠੇ ਹੋ ਬੜਾ ਅੱਛਾ ਲੱਗ ਰਿਹਾ ਸੋ ਬੜੀ ਅੱਛੀਆਂ ਫੈਮਲੀਆਂ ਬੈਠੀਆਂ ਨੇ ਸੱਸਾਂ ਬੈਠੀਆਂ ਨੂੰਹਾਂ ਬੈਠੀਆਂ ਨੇ ਸੋ ਸਭ ਤੋਂ ਪਹਿਲਾਂ ਉਹ ਨੂੰਹਾਂ ਤਾੜੀਆਂ ਵਜਾਉਣ ਜਿਹੜੀਆਂ ਆਪਣੀਆਂ ਸੱਸਾਂ ਨੂੰ ਆਪਣੀਆਂ ਮਾਵਾਂ ਵਾਂਗੂ ਪਿਆਰ ਕਰਦੀਆਂ ਨੇ ਇਮਾਨਦਾਰ ਬੈਠੇ ਸਾਰੇ ਕਹਿੰਦੇ ਹਾਂ ਡਰਦੇ ਆ ਕਰ ਲਾ ਜੋ ਕਰਨਾ ਮੈਨੂੰ ਲੱਗਦਾ ਮੈਂ ਇਕੱਲਾ ਹੀ ਚੁੱਟੂਆ ਘਰੋਂ ਘਰੀ ਇਹੀ ਹਾਲ ਹੈ ਅੱਛਾ ਭਈਆਂ ਭੂਈਆਂ ਦੇ ਗਾਣੇ ਮੇਰੇ ਬਹੁਤ ਆਉਂਦੇ ਰਹਿੰਦੇ ਜੀ ਮੈਂ ਤਾਂ ਫਟਾਫਟ ਬੋਲ ਰਿਹਾ ਟਾਈਮ ਬਹੁਤ ਘੱਟ ਮਿਲਿਆ ਮੈਨੂੰ ਲੱਗਦਾ 5-6 ਮਿੰਟ 'ਚ ਸਭ ਕੁਛ ਸੁਣਾ ਦੇਵਾਂ ਅੱਛਾ ਇੱਕ ਜੱਟ ਨੇ ਭਈਆ ਦੇ ਸ਼ਪੇਟ ਕੱਢ ਮਾਰੀ ਹੁਣ ਭਈਆ ਦਿਲ ਪਰੇ ਢਿੱਲੋ ਦਾ ਗਾਣਾ ਗਾਉਂਦਾ ਦੀਪਕ ਜੀ ਕੀ ਕਹਿੰਦਾ ਜੀ ਕਿੱਦਾਂ ਉਹ ਜੱਟ ਨੇ ਦਿਹਾਰੀ ਮੈਨੂੰ ਤੇ ਨਹੀਂ ਛੱਡਤੀ ਨਾਲੇ ਗੰਦੀ ਜਿਹੀ ਪਾਪਾ ਗਾਲ ਕੱਢਤੀ ਉਹ ਕਹਿੰਦਾ ਤੋੜ ਦੂੰਗਾ ਦੰਦ ਜਿਹੜੇ ਮੂੰਹ 'ਚੋਂ ਬੋਲਦਾ ਤੋੜ ਦੂੰਗਾ ਦੰਦ ਜਿਹੜੇ ਮੂੰਹ 'ਚੋਂ ਬੋਲਦਾ ਉਹ ਲੋਕੀ ਕਹਿੰਦੇ ਜੱਟ ਮੋਰੇ ਭਈਆ ਬੋਲਦਾ ਤੇ ਭਈਏ ਵਿੱਚ ਬੋਲਦਾ ਪੀਪਾ ਚੌਲਦਾ ਅੱਛਾ ਬਾਬੇ ਰਾਮ ਰਹੀਮ ਦਾ ਕੇਸ ਸਭ ਨੂੰ ਪਤਾ ਆ ਮੈਂ ਟਿਮ ਹੋਟਲ ਗਿਆ ਮੈਂ ਫ੍ਰੈਂਚ ਪਨੀਨਾ ਲਈ ਮੈਂ ਕਿਹਾ ਜੀ ਹਨੀ ਦੇ ਦਿਓ ਕਹਿੰਦੇ ਭਾਜੀ ਉਹ ਜੇਲ੍ਹ 'ਚ ਹੈ ਜਦੋਂ ਬਾਬੇ ਵਾਲਾ ਕਾਂਡ ਹੋਇਆ ਸੀ ਸਭ ਨੂੰ ਫੌਜੀਆਂ ਨੇ ਸਾਰਿਆਂ ਨੂੰ ਕੁੱਟ ਦਿੱਤੇ ਸੀ ਜਿਹੜੇ ਵੀ ਗਏ ਸੀ ਉਹਨਾਂ ਵਿੱਚ ਇੱਕ ਭਈਆ ਵੀ ਗਿਆ ਹੋਇਆ ਸੀ ਸੋ ਭਈਆ ਸਿਰ ਮੂੰਹ ਪੜਵਾ ਕੇ ਮੇਰੇ ਕੋਲ ਆਇਆ ਮੈਂ ਭਈਆ ਨੂੰ ਪੁੱਛਿਆ ਭਈਆ ਕੀ ਗੱਲ ਹੋਈ ਹੁਣ ਭਈਆ ਮਨ ਕੀ ਤੋੜਖ ਦਾ ਗਾਣਾ ਗਾ ਕੇ ਕੀ ਕਹਿੰਦਾ ਉਹ ਪਿਛਲੇ ਮਹੀਨੇ ਮੈਂ ਪੰਚਕੂਲੇ ਗਿਆ ਸੀ ਸਤਸੰਗ ਹੋਣੀ ਏ ਪਿਤਾ ਜੀ ਨੇ ਕਿਹਾ ਸੀ ਪਹੁੰਚਦੇ ਹੀ ਸਾਰੇ ਫੌਜੀ ਧੋਣ ਲੱਗ ਪਏ ਸਾਰੇ ਹੀ ਪ੍ਰੇਮੀ ਉੱਥੇ ਰੋਣ ਲੱਗ ਪਏ ਬਾਬਾ ਜੀ ਨੇ ਸੀ ਸਾਨੂੰ ਧੋਖੇ ਨਾ ਬੁਲਾਇਆ ਪਿਤਾ ਜੀ ਨੇ ਸੀ ਸਾਨੂੰ ਧੋਖੇ ਨਾ ਬੁਲਾਇਆ ਸਾਡਾ ਪਹੁੰਚਦੇ ਹੀ ਬੜਾ ਬੁਰਾ ਹਾਲ ਹੋ ਗਿਆ ਹੋ ਕੁਝ ਵੀ ਨਹੀਂ ਪੁੱਛਿਆ ਤੇ ਬੜਾ ਸਾਨੂੰ ਕੁੱਟਿਆ ਉਹ ਤੋਂ ਬਾਬਾ ਸਾਡਾ ਬੰਦ 20 ਸਾਲ ਹੋ ਗਿਆ ਤਾੜੀਆਂ ਥੈਂਕ ਯੂ ਤਾੜੀਆਂ ਲਾ ਦਿਓ ਜੀ ਮੈਂ ਕਹਿੰਦਾ ਕਾਕੇ ਸ਼ਾਹ ਵਾਕਈ ਕਿਆ ਬਾਤ ਹੈ ਜੀ ਬਹੁਤ ਬਹੁਤ ਔਰ ਇਹ ਸੱਚੀ ਜਦੋਂ ਕਨੇਡਾ ਕਾਕੇ ਆਇਆ ਮੈਂ ਹਰ ਬੰਦਾ ਕਨੇਡਾ ਦੀਆਂ ਤਾਰੀਫਾਂ ਕਰਨ ਡਿਆ ਮੈਂ ਏਅਰਪੋਰਟ ਤੋਂ ਲੈ ਕੇ ਇੱਥੇ ਤੱਕ ਆਇਆ ਜਿਹੜੇ ਪ੍ਰਮੋਟਰ ਲੈ ਕੇ ਆਏ ਮੈਂ ਕਹਿੰਦਾ ਇੰਨੀਆਂ ਤਾਰੀਫਾਂ ਕੀਤੀਆਂ ਕਹਿੰਦੇ ਦੀਪਕ ਭਾਜੀ ਤੁਸੀਂ ਭਾਵੇਂ ਪੂਰੀ ਦੁਨੀਆ ਘੁੰਮੀ ਹੈ ਪਰ ਇਹ ਕਨੇਡਾ ਆ ਗਏ ਤੁਸੀਂ ਦੇਖੋ ਨੋ ਪੋਲਿਊਸ਼ਨ ਹਰ ਪਾਸੇ ਸਫਾਈ ਸਫਾਈ ਤੂੰ ਸਵਰਗ ਦੇ ਵਿੱਚ ਆ ਗਿਆ ਦੀਪਕ ਰਾਜਾ ਸਵਰਗ 'ਚ ਆ ਗਿਆ ਬਿਲਕੁਲ ਔਰ ਵਾਕਈ ਇੱਥੇ ਲੱਗ ਕੇ ਮੈਨੂੰ ਇੱਥੇ ਇਹ ਫੀਲ ਹੋ ਰਿਹਾ ਮੈਂ ਸਵਰਗ ਦੇ ਵਿੱਚ ਆ ਗਿਆ ਦੋਸਤੋ ਅਤੇ ਸਭ ਤੋਂ ਪਹਿਲਾਂ ਇੱਥੇ ਸਾਹਮਣੇ ਬੈਠੇ ਸਾਰੇ ਸਵਰਗ ਵਾਸੀਆਂ ਨੂੰ ਮੇਰਾ ਸਤਿ ਸ਼੍ਰੀ ਅਕਾਲ ਤੇ ਮੈਂ ਧੰਨਵਾਦ ਕਰਦਾ ਸਾਡੇ ਪ੍ਰਮੋਟਰਾਂ ਦਾ ਜਿਨ੍ਹਾਂ ਨੇ ਮੈਨੂੰ ਵੀ ਸਵਰਗਵਾਸੀ ਬਣਨ ਦਾ ਮੌਕਾ ਦਿੱਤਾ ਕਿਉਂਕਿ ਧਰਤੀ ਤੇ ਬਹੁਤ ਸਾਰੇ ਸ਼ੋਅ ਕੀਤੇ ਸਵਰਗ 'ਚ ਪਹਿਲੀ ਵਾਰੀ ਕਰਨ ਡਿਆ ਸੋ ਇਹ ਵਾਕਈ ਸਵਰਗ ਆ ਬਿਲਕੁਲ ਜੀ ਹਾਂਜੀ ਬਿਲਕੁਲ ਬਿਲਕੁਲ ਜੀ ਹਾਂ ਮੈਂ ਦੱਸ ਕੇ ਹਟਿਆ ਕਿ ਮੈਨੂੰ ਪਿੱਛੇ ਇੱਕ ਦੋ ਜਾਣੇ ਮਿਲਣ ਆਏ ਉਹ ਕਨਫਿਊਜ਼ ਹੋ ਗਏ ਵੀ ਇਹ ਕਾਕੇ ਸ਼ਾਹੀ ਆ ਹੁਣ ਹੁਸਨ ਦੇਖੇ ਬੰਦਾ ਹੋ ਹੀ ਜਾਂਦਾ ਜੀ ਇਹ ਤਾਂ ਚਲੋ ਮੈਂ ਕਰੀਮਾ ਕਰੂਮਾ ਲਾ ਕੇ ਗੋਰਾ ਚਿੱਟਾ ਹੋ ਗਿਆ ਪਹਿਲਾਂ ਮੈਂ ਬਹੁਤ ਕਾਲਾ ਸੀ ਪਹਿਲੀ ਗੱਲ ਤਾਂ ਜਦੋਂ ਮੈਂ ਹੋਇਆ ਕਿੰਨਾ ਚਿਰ ਤਾਂ ਇਹ ਨਹੀਂ ਪਤਾ ਚੱਲਿਆ ਕਿ ਹੋਇਆ ਕੀ ਹੈ ਕਹਿੰਦੇ ਤੇ ਲਾਈਟ ਦਾ ਅਰੇਂਜਮੈਂਟ ਕਰੋ ਮੈਂ ਤਾਂ ਲਾਈਟ ਪਈ ਮੈਂ ਕਿਹਾ ਉਹ ਮੇਰਾ ਡੈਡੀ ਕਹਿੰਦਾ ਬੱਚਾ ਹੋਇਆ ਮੇਰੀ ਮਾਂ ਨੂੰ ਬਹੁਤ ਚਾਹ ਸੀ ਮੇਰੇ ਘਰ ਮੁੰਡਾ ਜੰਮਿਆ ਮਾਵਾਂ ਨੂੰ ਚਾਹ ਹੁੰਦਾ ਹੀ ਆ ਮੇਰੀ ਮਾਂ ਨੇ ਮੈਨੂੰ ਗੋਦੀ 'ਚ ਲਿਆ ਬਟ ਹੌਸਲਾ ਕਰਕੇ ਦਾਈ ਨੂੰ ਪੁੱਛਿਆ ਨਹੀਂ ਭੈਣਾ ਹਾਏ ਨਹੀਂ ਭੈਣਾ ਕਿੰਨੇ ਪੈਸੇ ਦਾਈ ਨੇ ਮੇਰੀ ਸ਼ਕਲ ਦੇਖੀ ਕਹਿੰਦੀ ਤਫਾ ਕਰੋ ਭੈਣ ਜੀ ਇਹੋ ਜਿਹੇ ਕੰਮ ਦੇ ਕਾਹਦੇ ਪੈਸੇ ਇਹ ਤਾਂ ਚਲੋ ਸਾਲ ਦੇ ਵਿੱਚ ਇੱਕ ਦੋ ਕਨੇਡਾ ਟੂਰ ਲੱਗ ਜਾਂਦੇ ਆ ਸੋ ਸਾਰੇ ਦੇਖੋ ਜੀ ਟਾਈਮ ਬਹੁਤ ਘੱਟ ਨਾਮ ਇਸ ਕਰਕੇ ਨਾਰੇ ਇੱਕ ਵਾਰੀ ਇੰਦਰਜੀਤ ਭਾਜੀ ਵਾਸਤੇ ਜ਼ੋਰਦਾਰ ਤਾੜੀਆਂ ਮਾਰ ਦਿਓ
ਸਾਰੀ ਤਾੜੀਆਂ ਕਮੇਟੀ ਵਾਸਤੇ ਤਾੜੀਆਂ ਮਾਰ ਦੋ ਤਾੜੀਆਂ ਕਿਉਂਕਿ ਕਲਾਕਾਰ ਕਿਸੇ ਚੀਜ਼ ਦਾ ਭੁੱਖਾ ਨਹੀਂ ਹੁੰਦਾ ਜੀ ਦੋਸਤੋ ਸਿਰਫ ਇੱਕੋ ਚੀਜ਼ ਦਾ ਭੁੱਖਾ ਇੱਕੋ ਚੀਜ਼ ਦਾ ਭੁੱਖਾ ਹੁੰਦਾ ਜੀ ਬਸ ਪੈਸੇ ਦਾ ਨਾਲੇ ਗਲਤ ਨਹੀਂ ਸੋਚਣਾ ਫਿਰ ਗਲਤ ਸੋਚ ਮੇਰਾ ਮਤਲਬ ਤੁਹਾਡੀਆਂ ਤਾੜੀਆਂ ਤੁਹਾਡੀ ਮੁਸਕਰਾਹਟ ਸਾਡੇ ਲਈ ਸਭ ਤੋਂ ਵੱਡਾ ਪੈਸਾ ਸਭ ਤੋਂ ਵੱਡਾ ਖਜ਼ਾਨਾ ਲਾ ਦਿਓ ਤਾੜੀਆਂ ਜ਼ੋਰਦਾਰ ਕਿਆ ਬਾਤ ਹੈ ਪਾਲੀ ਵਿਰਕ ਸਾਹਿਬ ਦਾ ਸ਼ੁਕਰ ਕਰ ਜਿਨ੍ਹਾਂ ਦੀ ਬਦੌਲਤ ਸਟੇਜ ਤੇ ਆਉਣ ਦਾ ਮੌਕਾ ਮੈਂ ਬੜੀਆਂ ਪੁੱਠੀਆਂ ਪੁੱਠੀਆਂ ਗੱਲਾਂ ਸੋਚਦਾ ਅੱਛਾ ਮੈਂ ਸੋਚਦਾ ਕਿ ਜੇ ਦਿਲ ਦਾ ਨਾਮ ਆਂਡਾ ਹੁੰਦਾ ਓਏ ਹੋਏ ਜੇ ਦਿਲ ਦਾ ਨਾਮ ਆਂਡਾ ਹੁੰਦਾ ਫਿਰ ਹਿੰਦੀ ਫਿਲਮ ਦੇ ਟਾਈਟਲ ਚੇਂਜ ਹੋ ਜਾਣੇ ਸੀ ਕਿੱਦਾਂ ਫਿਰ ਹਿੰਦੀ ਫਿਲਮ ਦਾ ਨਾਮ ਹੋਣਾ ਸੀ ਹਮ ਆਪਕੇ ਅੰਡੇ ਮੇ ਰਹਤੇ ਹੈ ਅੰਡਾ ਹੈ ਕਿ ਮਾਨਤਾ ਨਹੀਂ ਅੰਡੇ ਮੇ ਕੁਛ ਕੁਛ ਹੋਤਾ ਹੈ ਅੰਡੇ ਵਾਲੇ ਦੁਲਹਨੀਆਂ ਲੈ ਜਾਏਂਗੇ ਪੰਜਾਬੀ ਸਿੰਗਰਾਂ ਦੇ ਗਾਣੇ ਚੇਂਜ ਹੋਣੇ ਸੀ ਗੀਤੇ ਜੈਲਦਾਰ ਨੇ ਪਿੱਛੇ ਗਾਉਂਦੇ ਆਉਣਾ ਸੀ ਉਹ ਤੈਨੂੰ ਅੰਡਾ ਤਾਂ ਦੇ ਦਈਏ ਪਰ ਤੂੰ ਰੋਲਾ ਪਾ ਦੇਣਾ ਸ਼ੈਰੀ ਮਾਨ ਨੇ ਗਾਣਾ ਕੀਤਾ ਸੀ ਉਹ ਸੋਹਣੇ ਮੁੱਖੜੇ ਦਾ ਕੀ ਕਰੀਏ ਤੇਰਾ ਅੰਡਾ ਚੱਜਦਾ ਨਾ ਸਰਦੂਰ ਸਿਕੰਦਰ ਭਾਈ ਨੇ ਕਿਤੇ ਗਾਣਾ ਸੀ ਸਾਡੇ ਕੋਲ ਸੋਹਣੀ ਹੈ ਤੂੰ ਸਾਡਾ ਅੰਡਾ ਮੰਗਦੀ ਹੈ ਦੇਰ ਕਾਹਦੀ ਲਾਈ ਫੜ ਐ ਲੈ ਉਹ ਅੰਡਾ ਦੇ ਦੇ ਜਾਂ ਅੰਡਾ ਲੈ ਲੈ ਸੋ ਥੈਂਕ ਯੂ ਸੋ ਮਚ ਲਵ ਯੂ ਆਲ ਜਿਹੜਾ ਜ਼ੋਰਦਾਰ ਤਾੜੀਆਂ ਲਾ ਦਿਓ ਜੀ ਇਸੇ ਤਰ੍ਹਾਂ ਮੇਲੇ ਵਸਦੇ ਰਹਿਣ ਹੱਸਦੇ ਰਹਿਣ ਤੁਸੀਂ ਵਸਦੇ ਰਹੋ ਚੜ੍ਹਦੀ ਕਲਾ ਚ ਰਹੋ ਰੱਬ ਰੱਖੋ ਇੱਕ ਵਾਰੀ ਮਨਮੋਹਨ ਵਾਰਸ ਭਾਜੀ ਵਾਸਤੇ ਕਮਲ ਹੀਰ ਜੀ ਵਾਸਤੇ ਔਰ ਸੰਗਤਾਰ ਭਾਜੀ ਵਾਸਤੇ ਜ਼ੋਰਦਾਰ ਤਾੜੀਆਂ ਮਾਰੋ ਜੀ ਜਿਨ੍ਹਾਂ ਨੇ ਮਿਰਸੇ ਨੂੰ ਸੰਭਾਲ ਕੇ ਰੱਖਿਆ ਸੋ ਥੈਂਕ ਯੂ ਸੋ ਮਚ ਚੜ੍ਹਦੀ ਕਲਾ ਚ ਰਹੋ ਲਵ ਯੂ ਆਲ ਜੀ ਥੈਂਕ ਯੂ ਹਲੋ ਹਲੋ ਕਈ ਵਾਰੀ ਬੰਦੇ ਦਾ ਲੋਕਾਂ 'ਚ ਨਾ ਕੁਛ ਹੋਰ ਹੁੰਦਾ ਰਾਸ਼ਨ ਕਾਰਡ ਦੇ ਨਾ ਕੁਛ ਹੋਰ ਹੁੰਦਾ ਅਤੇ ਉਹਨੇ ਕਿਹਾ ਕਮਲ ਹੀਰ ਆ ਗਿਆ ਮੈਂ ਸੰਗਤਾਰ ਹੁਣ ਇਹ ਤਾਂ ਸਾਨੂੰ ਹੀ ਪਤਾ ਰਾਸ਼ਨ ਕਾਰਡ 'ਤੇ ਕੀ ਲਿਖਿਆ ਸਭ ਤੋਂ ਪਹਿਲਾਂ ਪੰਜਾਬੀ ਵਿਰਸਾ 2018 ਦੇ ਵਿੱਚ ਐਡਮਿੰਟਨ ਦੇ ਵਿੱਚ ਅਸੀਂ ਜਿੰਨੀ ਵਾਰ ਵੀ ਆਏ ਹਾਂ ਬੜੇ ਤੋਂ ਬੜਾ ਇਕੱਠ ਹੁੰਦਾ ਐਤਕੀ ਫਿਰ ਤੁਸੀਂ ਸਾਰੀ ਗਰਾਊਂਡ ਭਰ ਦਿੱਤੀ ਆ ਇੱਕ ਵਾਰੀ ਵੀ ਐਡਮਿੰਟਨ ਦੇ ਪੰਜਾਬੀਆਂ ਲਈ ਜ਼ੋਰਦਾਰ ਤਾੜੀ ਇੰਦਰਜੀਤ ਮੁੱਲਾਪੁਰੀ ਜੀ ਪਰਮਿੰਦਰ ਗਰੇਵਾਲ ਕੁਲਵੀਰ ਉੱਪਲ ਹੁਣੀ ਅਤੇ ਸਾਰੀ ਇਹਨਾਂ ਦੀ ਜਿਹੜੀ ਟੀਮ ਹੈ ਉਹਨੇ ਬੜਾ ਉੱਦਮ ਕੀਤਾ ਹਰ ਸਾਲ ਕਰਦੇ ਨੇ ਸਪੋਰਟਸ ਕਲੱਬ ਵਾਲੇ ਪੰਜਾਬੀ ਵਿਰਸਾ ਅਸੀਂ ਹਰ ਦੂਜੇ ਸਾਲ ਇੱਥੇ ਕਰਨ ਆ ਰਹੇ ਹਾਂ ਸਾਡਾ ਤੀਜੀ ਵਾਰੀ ਅਸੀਂ ਇਹ ਸ਼ੋਅ ਕਰ ਰਹੇ ਹਾਂ ਬਹੁਤ ਹੀ ਵਧੀਆ ਲੱਗਾ ਅਤੇ ਅੱਜ ਦਿਨ ਬਹੁਤ ਵਧੀਆ ਲੱਗਾ ਪਿਛਲੀ ਵਾਰੀ ਜਦੋਂ ਅਸੀਂ ਸ਼ੋਅ ਕੀਤਾ ਸੀ ਤਾਂ ਧੁੱਪ ਬਹੁਤ ਪੈ ਰਹੀ ਸੀ ਅੱਜ ਇੱਕ ਰੱਬ ਦੇ ਸ਼ੁਕਰਾਨੇ ਲਈ ਵੀ ਤਾੜੀ ਮਾਰ ਦਿਓ ਕਿ ਕਿੰਨਾ ਸੋਹਣਾ ਮੌਸਮ ਹੋ ਗਿਆ ਧੁੱਪ ਦੀ ਧੁੱਪ ਛਾਂ ਦੀ ਛਾਂ ਅਤੇ ਲਓ ਤੁਹਾਡੇ ਸਾਹਮਣੇ ਮੈਂ ਪੇਸ਼ ਕਰ ਰਿਹਾ ਹੁਣ ਉਸ ਆਰਟਿਸਟ ਨੂੰ ਜਿਹਨੇ ਤੁਹਾਡੇ ਦਿਲਾਂ ਵਿੱਚ ਨਾਂ ਬਣਾਇਆ ਗਾ ਕੇ ਕੁੜੀਏ ਨਹੀਂ ਸੱਗੀ ਫੁੱਲ ਵਾਲੀਏ ਕੈਂਠੇ ਵਾਲਾ ਪੁੱਛੇ ਤੇਰਾ ਨਾਂ ਰਾਤੀ ਉਹਦੀ ਫੋਟੋ ਦੇਖੀ ਫੇਸਬੁੱਕ 'ਤੇ ਮੈਂ ਇਹੋ ਜਿਹਾ ਗੀਤ ਗਾਉਣ ਲਈ ਸਟੇਜ 'ਤੇ ਧਮੱਚੜ ਪਾਉਣ ਲਈ ਆ ਰਿਹਾ ਮੇਰਾ ਛੋਟਾ ਵੀਰ ਕਮਲ ਹੀਰ ਇਹਨਾਂ ਲਈ ਪਹਿਲਾਂ ਤਾਂ ਤਾੜੀਆਂ ਵਜਾਓ ਅੱਜ ਤਾਂ ਇੱਦਾਂ ਹੋ ਗਿਆ ਜਿਸ ਵੇਲੇ ਨਵਾਂ ਸਾਲ ਚੜ੍ਹਦਾ ਕਹਿੰਦੇ ਜਿਹੜੇ ਡਿਜ਼ਾਈਨਰ ਆ ਇਹ ਰੰਗ ਸੋਚਦੇ ਆ ਸਤਿ ਸ਼੍ਰੀ ਅਕਾਲ ਪਹਿਲਾਂ ਡਿਜ਼ਾਈਨਰ ਰੰਗ ਸੋਚਦੇ ਆ ਕਿ ਇਸ ਸਾਲ ਕਿਹੜਾ ਰੰਗ ਫੇਮਸ ਕਰੀਏ ਤੁਸੀਂ ਦੇਖਿਓ ਸ਼ੋਪਿੰਗ ਸੈਂਟਰਾਂ 'ਚ ਵੀ ਜਿੱਥੇ ਜਾਓ ਉੱਥੇ ਉਹ ਰੰਗ ਬਹੁਤ ਮਿਲਦੇ ਆ ਫਿਰ ਇੱਦਾਂ ਹੁੰਦਾ ਉਸੇ ਰੰਗ ਦਾ ਸਾਰਿਆਂ ਨੇ ਪਾਇਆ ਹੁੰਦਾ ਮੈਂ ਤਾਂ ਅੱਜ ਕੁਦਰਤੀ ਪੀਲਾ ਦੇਖ ਲਿਆ ਪਾ ਲਿਆ ਜਦ ਮੈਂ ਆ ਕੇ ਵੇਖਿਆ ਬਹੁਤੀ ਮੈਜੋਰਿਟੀ ਜਿਹੜਾ ਉਹ ਪੀਲਾ ਰੰਗ ਤੁਸੀਂ ਪਾਇਆ ਅੱਜ ਇਹ ਆਪਣੇ ਨੇ ਤਾੜੀ ਵਜਾਓ ਭੈਣ ਜੀ ਤੁਸੀਂ ਨਹੀਂ ਤਾੜੀ ਵਜਾਣੀ ਤੁਸੀਂ ਚਿੱਟਾ ਪਾਇਆ ਆਪਾਂ ਉਹਨਾਂ ਨੇ ਕਾਹਦੇ ਵਜਾਣੀ ਕੈਨੇਡਾ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਐਡਮਿੰਟਨ ਨੇ ਤੁਹਾਡੇ ਦਰਸ਼ਨ ਕਰਵਾਏ ਆ ਪਿਆਰੇ ਵੀਰ ਇੰਦਰਜੀਤ ਮੁੱਲਾਪੁਰੀ ਪਰਮਿੰਦਰ ਬੱਦੋਆ ਭਰਾ ਕ
ਤਲਵੀਰ ਉੱਪਲ ਸਾਰੇ ਸਾਰੀ ਕਮੇਟੀ ਤਾਂ ਹੀ ਦਰਸ਼ਨ ਹੁੰਦੇ ਸਬੱਬ ਨਾਈ ਕੈਲਗਰੀ ਤੋਂ ਸਾਡੇ ਭਰਾ ਏ ਪਾਲੀ ਬਿਰਕ ਇਹ ਪ੍ਰੇਮ ਹੁੰਦਾ ਹਾਂ ਮੈਨੂੰ ਜਦੋਂ ਬੁਲਾਉਣਾ ਸੀ ਕਹਿੰਦੇ ਸੀ ਕਮਲ ਹੀਰ ਆ ਗਿਆ ਤੇ ਤੁਸੀਂ ਆ ਗਏ ਉੱਤੇ ਮੈਨੂੰ ਸੱਚ ਪੁੱਛਿਓ ਮੇਰੀ ਸਾਰੀ ਉਮਰ ਸੰਗਤਾਰ ਬਣਦੇ ਦੀ ਲੱਗ ਗਈ ਇੱਕ ਸਮੁੰਦਰ ਜਿਸ ਵੇਲੇ ਮੀਂਹ ਪੈਂਦਾ ਹਰੇਕ ਬੂੰਦ ਜਿਹੜੀ ਅਸਮਾਨ ਤੋਂ ਗਿਰਦੀ ਆ ਉਹਦੀ ਇੱਛਾ ਇਹ ਆ ਮੈਂ ਐਂਡ ਨੂੰ ਸਮੁੰਦਰ 'ਚ ਰਲ ਜਾਵਾਂ ਅਤੇ ਸੱਚ ਜਾਣਿਓ ਮੇਰੇ ਭਰਾ ਉਹ ਸਮੁੰਦਰ ਆ ਕਦੇ ਨਦੀ ਬਣਦੀ ਆ ਉਹ ਕਦੇ ਉਹ ਮੀਂਹ ਬਣ ਜਾਂਦੀ ਆ ਕਦੇ ਫਿਰ ਭਾਫ ਬਣ ਕੇ ਉੱਪਰ ਉੱਡ ਜਾਂਦੀ ਆ ਅਤੇ ਕਮਲ ਹੀਰ ਨੂੰ ਸੰਗਤਾਰ ਕਹਿ ਕੇ ਬੁਲਾਉਣਾ ਚਾਹੀਦਾ ਮੈਂ ਤੇ ਹਾਂ ਕਮਲਾ ਤੇ ਪੱਲੇ ਮੇਰੇ ਕੱਖ ਵੀ ਨੀ ਗੱਲਾਂ ਚੋਂ ਗੱਲ ਨਿਕਲਦੀ ਹੈ ਮੈਂ ਤੇ ਹਾਂ ਕਮਲਾ ਤੇ ਪੱਲੇ ਮੇਰੇ ਕੱਖ ਵੀ ਨੀ ਵੱਸੇ ਰੱਸੇ ਘਰ ਬਾਰ ਤੇਰਾ ਜੀਵੇ ਜਾਗੇ ਪਰਿਵਾਰ ਤੇਰਾ ਮੰਦਰ ਮਸਜਿਦ ਦਰਬਾਰ ਤੇਰਾ ਪੰਡਿਤ ਮੀਆਂ ਸਰਦਾਰ ਤੇਰਾ ਸਾਰੀ ਦੁਨੀਆ ਹੀ ਸੋਹਣੀ ਹੈ ਪਰ ਤੇਰਾ ਰੰਗ ਨਿਆਰਾ ਹੈ ਤੇਰੀ ਮਿੱਟੀ ਦਾ ਕੁੱਲਾ ਹੈ ਸ਼ਾਹੀ ਮਹਿਲਾਂ ਤੋਂ ਪਿਆਰਾ ਹੈ ਤੇਰੇ ਜ਼ਰੇ ਜ਼ਰੇ ਅੰਦਰ ਅਪਣੱਤ ਜਿਹੀ ਇੱਕ ਵਸਦੀ ਹੈ ਤੇਰੀ ਗੋਦੀ ਵਿੱਚ ਬਹਿੰਦਿਆਂ ਹੀ ਦੁਨੀਆ ਦੀ ਚਿੰਤਾ ਨੱਸਦੀ ਹੈ ਲਵ ਕੁਸ਼ ਦੇ ਵਰਦੇ ਤੀਰ ਰਹੇ ਮਹਾਭਾਰਤ ਦੇ ਘਮਸਾਨ ਰਹੇ ਗੁਰੂ ਅਰਜਨ ਤੇਗ ਬਹਾਦਰ ਜੀ ਤੇਰੇ ਤੋਂ ਦਿੰਦੇ ਜਾਨ ਰਹੇ ਬਾਬਾ ਨਾਨਕ ਬਾਬਾ ਫਰੀਦ ਆਪਣੀ ਛਾਤੀ ਤੇ ਪਾਲੇ ਤੂੰ ਦੁਨੀਆ ਨੂੰ ਚਾਨਣ ਦੇਣ ਲਈ ਕਈ ਰੋਸ਼ਨ ਦੀਵੇ ਬਾਲੇ ਤੂੰ ਐ ਪੰਜਾਬ ਕਰਾਂ ਕੀ ਸਿਫਤ ਤੇਰੀ ਅੱਜ ਇਹ ਵੀ ਖੁਸ਼ੀ ਦੀ ਗੱਲ ਆ ਅੱਜ ਸਾਡਾ ਕੈਨੇਡਾ ਦਾ ਟੂਰ ਸ਼ੁਰੂ ਹੋਇਆ ਇੱਥੇ ਕਰਕੇ ਕੱਲ੍ਹ ਨੂੰ ਕੈਲਗਰੀ ਕਰਕੇ ਫਿਰ ਅਸੀਂ ਵੈਨਕੂਵਰ ਦਾ ਸ਼ੋਅ ਕਰਨਾ ਵੈਨਕੂਵਰ ਦੇ ਸਾਡੇ ਪ੍ਰਮੋਟਰ ਵੀ ਸਾਡੇ ਭਰਾ ਪਹੁੰਚੇ ਆ ਜੈ ਸੌਜਲਾ ਔਰ ਇੱਥੇ ਵੀ ਹੁਣ ਤਾਂ ਤੁਸੀਂ ਪੰਜਾਬ ਵਸਾ ਦਿੱਤਾ ਕੰਗ ਭਰਾ ਜਸ ਕੰਗ ਰਣਜੀਤ ਕੰਗ ਕਾਰ ਬਾਜ਼ਾਰ ਤੋਂ ਸੁੱਖ ਸਾਡਾ ਭਰਾ ਸਾਰੇ ਪਹੁੰਚੇ ਆ ਜੈਸਾ ਦਰਦ ਹੋ ਵੈਸਾ ਮੰਜ਼ਰ ਹੋਤਾ ਹੈ ਮੌਸਮ ਤੋਂ ਆਦਮੀ ਕੇ ਅੰਦਰ ਹੋਤਾ ਰਾਤੀ ਸਾਨੂੰ ਮੋਟਰ ਤੇ ਦੋ ਵੱਜ ਗਏ ਰਾਤੀ ਸਾਨੂੰ ਮੋਟਰ ਤੇ ਦੋ ਵੱਜ ਗਏ ਸਿਖਾਉਂਦੇ ਸਾਰੀ ਦੁਨੀਆ ਨੇੜੇ ਢੁੱਕ ਢੁੱਕ ਪੈਂਦੀ ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜ਼ੀ ਪੁੱਠੀ ਪੈਂਦੀ ਖਾਸ ਬੰਦੇ ਰਹਿ ਗਏ ਖਾਸ ਗੱਲਾਂ ਕੀਤੀਆਂ ਜੋ ਜੋ ਵੀ ਸਾਰਿਆਂ ਦੇ ਨਾਲ ਬੀਤੀਆਂ ਯਾਰੀ ਵਿੱਚ ਨਫ਼ਾ
नुकसान नहीं हो देखी दा दिल मिल जावे फिर हान नहीं हो देखी दा दिल होवे सोना नाले साफ सुथरा फिर कच्चा पक्का यार दा मकान नहीं हो देखी दा सोनी वादू इश्क चना जे तरना फिर ठोर ठोर मिट्टी दा समान नहीं हो देखी दा सुन सुखपाल सुन सुखपाल सुन सुखपाल यारी लाइए जे किसे ना फिर राम शाम जॉन सिंह खान नहीं हो देखी दा कई राज खुले कई राज खुले कई राज खुले कई विच दब गए विच दब गए राती सानू मोटर तो बज गए आपके लिए है यादां दी किताब पूरी खुल चुकी सी यादां दी किताब पूरी खुल चुकी सी हाय ओ भी याद आ गई जेड़ी भुल चुकी सी यादां दी किताब पूरी खुल चुकी सी ओ भी याद आ गई जेड़ी हर एक चीज अपने मरकज वल जाती है अपने केंद्र वल जाती है बच्चा रोएगा तो माँ प्यो को जाएगा पानी डोलोगे तो निमाण वल जाएगा हुसन परमात्मा की देन समझते हुसन मायले परवाज था अपने मरकज की तरफ बढ़ा के हाथ रोक लिया तेरी अंगड़ाई ने निकल चलिया सी तेरे सीने चो हुसन तो बस पर तू एक अंगड़ाई लई तो उन्हें खिंच के फिर सीने च पा लिया सो जड़ा दुख आ वो यारा नूं दस्या जांदा अपने मरकज नूं दस्या जांदा जे किसे नूं यार तुसीं समझदे आ सच्चा यार ने वो पता नहीं दुख नूं की समझेगा यार से गम कह कर तो खुश हो लेकिन तुम ये क्या जानो तुम दिल का रोना रोते थे वो दिल में हंसता होगा आज किसी ने दिल तोड़ा तो जैसे हमको ध्यान आया जिसका दिल हमने तोड़ा था वो जाने कैसा होगा यारां गल लग दिलों बोझ ला लिया राज संधू चौथा फिर पग पा लिया पहले पैग से अज मैं अपने धियां पुत्र पीते ने पीते दे कुछ चानण जिन्ना मेरे अंदर कीते ने दूजे पैग च अज मैं अपने साक संबंधी कोले ने चौकां दे विच खड़ के जिन्ना मेरे भेद फरोले ने तीजे पैग च अज मैं अपने दोस्त मित्र पाए ने उपरों मिठे हासे हसदियां कौड़े घुट लगाए ने चौथे पैग च सिर मैं माना अपना आप ही घोल लिया वफा दे कणके खातर मैं सारा ही जग तू फरोल लिया वफा इतफाक वफा इतफाक वफा इतफाक केड़े पासे भज गए पासे भज गए राती सानू मोटर तो भज गए राती सानू मोटर
ਲੱਖ ਹੋਣ ਦੀ ਤਰੀਕ ਮੈਨੂੰ ਯਾਦ
ਪਹਿਲਾਂ ਵੀ ਜ਼ਿਕਰ ਕੀਤਾ, ਕੱਲ੍ਹ ਨੂੰ ਕੈਲਗਰੀ ਇਹਨਾਂ ਦੇ ਦਰਸ਼ਨ ਕਰ ਰਹੇ ਹਾਂ, ਉੱਥੇ ਸ਼ੋਅ ਕਰਵਾ ਰਹੇ ਨੇ। ਇੱਧਰ ਮੇਰੇ ਭਰਾ ਸੁੱਖੀ ਬਾਠ, ਆਪਣੇ ਸਾਰੇ ਜੱਗ ਜਾਣਦਾ ਇਹਨਾਂ ਦੀ ਖਾਣ ਦੀ ਲੀਡਰਸ਼ਿਪ ਕਿੰਨੀ ਮਸ਼ਹੂਰ ਆ। ਤੁਸੀਂ ਇਸ ਗੱਲ ਨੂੰ ਵਾਊਚ ਕਰੋ ਕਿ ਜਿਹੜਾ ਇਸ ਵੇਲੇ ਕਮੇਟੀ ਨੇ ਸੂਟ ਸਮਾਇਆ ਇਸ ਵਾਰ, ਇਹਨੂੰ ਅਪਲੋਡ ਕਰਨਾ ਬਣਦਾ। ਮੁੱਲਾਪੁਰੀ ਸਾਹਿਬ ਹੋਰੀ, ਬਦੋਵਾਲ ਸਾਹਿਬ, ਉੱਪਰ ਸਾਹਿਬ, ਸਾਰੇ ਭਰਾਵਾਂ ਨੇ ਜਿਹੜਾ ਸੂਟ ਪਾਇਆ, ਤੁਸੀਂ ਉੱਧਰ ਦਿਖਾਓ ਨਾ ਸੂਟ ਨੂੰ, ਤਾੜੀ ਵਜਾਓ ਇਹਨਾਂ ਭਰਾਵਾਂ ਲਈ। ਤਾੜੀ ਨੇ ਰੰਗ ਬੰਨ ਦਿੱਤਾ, ਗੱਲ ਤਾਂ ਹੀ ਬਣਦੀ ਨਾ ਫਿਰ। 1, 2, 3, 4
ਸਾਰਾ ਸਾਰਾ ਦੱਸ ਦੇ ਕਰਕੇ ਇਸ਼ਾਰਾ ਜ਼ਰਾ ਦੱਸ ਦੇ ਬਜਾਈ ਸੀ ਕਿਸੇ ਨੇ ਬਹੁਤ ਬਹੁਤ ਫਿਰ ਠੀਕ ਹੈ ਅਸੀਂ ਅੱਕੇ ਨਾ ਬੁਲਾਉਣੋ ਅਸੀਂ ਅੱਕੇ ਨਾ ਬੁਲਾਉਣੋ ਨੀ ਤਾਂ ਚੁੱਪ ਧਾਰੀ ਰੱਖੀ ਗਲੀ ਲੰਘਣੋ ਨਾ ਹਟੇ ਚਾਹੇ ਬੰਦ ਬਾਰੀ ਰੱਖੀ ਸੌ ਜਨਮਾਂ ਲਈ ਲਾਵਾਂ ਲੈ ਕੇ ਬਣ ਗਈ ਕਿਸੇ ਦੀ ਐਵੇਂ ਮਿੱਤਰਾਂ ਤੋਂ ਗੱਲਾਂ ਵਿੱਚ ਜਾਨਵਾਰੀ ਰੱਖੀ ਸੁੱਖ ਪਾਲ ਉੱਤੋਂ ਐਵੇਂ ਨਹੀਂ ਤੂੰ ਜਾਨਵਾਰੀ ਰੱਖੀ ਸੌ ਯਾਰਾਂ ਦੀ ਯਾਰੀ ਨਾਲੋਂ ਇੱਕ ਹੰਝੂ ਦੀ ਯਾਰੀ ਚੰਗੀ ਪਿਆਰ ਦੀ ਬਾਜ਼ੀ ਜਿੱਤਣ ਨਾਲੋਂ ਪਿਆਰ ਦੀ ਬਾਜ਼ੀ ਹਾਰੀ ਚੰਗੀ ਜੇ ਗੱਲਾਂ ਕਰਨ ਲੱਗ ਪਈਏ ਫਿਰ ਪਤਾ ਚੱਲ ਪੈਂਦਾ ਗੱਲਾਂ ਦਾ ਮੇਰੇ ਭਰਾਵਾਂ ਦਾ ਮੇਰੇ 'ਤੇ ਲੱਖਾਂ ਕਰਮ ਨੇ ਜਦੋਂ ਅਸੀਂ ਕਨੇਡਾ ਆਏ ਸਨ 90 'ਚ 28 ਸਾਲ ਪਹਿਲਾਂ ਮੈਂ ਹਲੇ ਸਕੂਲ 'ਚ ਪੜ੍ਹਦਾ ਸੀ ਮੇਰੇ ਭਰਾਵਾਂ ਨੇ ਕੰਮ ਕਰਕੇ ਵੀ ਮੈਨੂੰ ਸਕੂਲੇ ਭੇਜਿਆ ਮੈਨੂੰ ਲਿਟਰੇਚਰ ਉਰਦੂ ਹਿੰਦੀ ਪੰਜਾਬੀ ਅਤੇ ਇੰਗਲਿਸ਼ ਚੌਂ ਜ਼ਬਾਨਾਂ 'ਚ ਇੰਨਾ ਪੜ੍ਹਾਇਆ ਇੱਦਾਂ ਨਾ ਲੱਗੇ ਕਿ ਮੈਂ ਸ਼ੇਖੀ ਮਾਰਦਾ ਗਵਾਰ ਨਾ ਮੈਂ ਲੱਗਾਂ ਪਰ ਜਿਹੜੀ ਮੈਂ ਐਗਜ਼ੈਂਪਲ ਤਸ਼ਬੀਹ ਪੰਜਾਬੀ 'ਚ ਦੇ ਸਕਦਾ ਉਹਦੀ ਇੰਗਲਿਸ਼ 'ਚ ਵੀ ਮੈਂ ਦੇ ਸਕਦਾ ਨਾ ਉਹਦੀ ਉਰਦੂ 'ਚ ਵੀ ਦੇ ਸਕਦਾ ਉਹਦੀ ਹਿੰਦੀ 'ਚ ਵੀ ਦੇ ਸਕਦਾ ਦਾਗ ਨੇ ਕੀ ਕਿਹਾ ਜੌਨ ਕੀਟਸ ਨੇ ਕੀ ਕਿਹਾ ਸ਼ੇਕਸਪੀਅਰ ਨੇ ਕੀ ਕਿਹਾ ਪ੍ਰੋਫੈਸਰ ਮੋਹਨ ਸਿੰਘ ਨੇ ਕੀ ਕਿਹਾ ਅਤੇ ਅਮਰਤਾ ਪ੍ਰੀਤਮ ਨੇ ਕੀ ਕਿਹਾ ਇਹ ਮੇਰੇ ਭਰਾਵਾਂ ਦੀ ਕਿਰਪਾ ਆ ਪਰ ਮੈਨੂੰ ਨਸ਼ਿਆਂ ਤੋਂ ਬਚਾਇਆ ਪਰ ਮੈਂ ਅੱਜ ਗੱਲਾਂ ਕੀਤੀਆਂ ਨਹੀਂ ਕਿਉਂਕਿ ਫਿਰ ਟਾਈਮ ਦਾ ਬਹੁਤ ਘੱਟ ਸਕਾ ਟਾਈਮ ਇਸ ਕਰਕੇ ਬਾਤ ਕਰਨੇ ਸੇ ਬਾਤ ਬੜਤੀ ਹੈ ਰੋਜ਼ ਬਾਤੇ ਕੀਆ ਕਰੋ ਹਮਸੇ ਸਾਥ ਦੇਖ ਲੇਤੇ ਹੈ ਪਰਦੋ ਮੇਂ ਯੂੰ ਨਾ ਪਰਦਾ ਕੀਆ ਕਰੋ ਹਮਸੇ ਸਾਥੀ ਨਕਾਬ ਉਠਾ ਕੇ ਰਾਤ ਬਾਕੀ ਹੈ ਜਿੰਦੇ ਨੀ ਜਿੰਦੇ ਤੇਰੇ ਗਾਦੇ ਦੁੱਖ ਦਿੰਦੇ ਤੇਰੇ ਜਿੰਦੇ ਨੀ ਤੇਰੇ ਬਾਤੇ ਦੁੱਖ ਦਿੰਦੇ ਤੇਰੇ
ਜਿਸ ਦੀਏ ਬਾਰੀ ਚ ਖੜੀ ਜਿੰਦੇ ਨੀ ਦਿੰਦੇ ਤੇਰੇ ਵਾਦੇ ਦੁੱਖ ਦਿੰਦੇ ਤੇਰੇ ਜਿੰਦੇ ਨੀ ਦਿੰਦੇ ਤੇਰੇ ਵਾਦੇ ਦੁੱਖ ਦਿੰਦੇ ਤੇਰੇ ਹੁਣ ਮੈਂ ਉਸ ਸ਼ਖਸੀਅਤ ਨੂੰ ਬੁਲਾਉਣ ਜਾ ਰਿਹਾ ਇਹ ਜਿਹੜਾ ਸਾਡਾ ਟੂਰ ਆ ਪੰਜਾਬੀ ਵਿਰਸੇ ਦਾ ਅਸੀਂ 2018 'ਚ ਕਰ ਰਹੇ ਹਾਂ ਇਹ 25 ਸਾਲਾਂ ਦੀ ਗਾਇਕੀ ਦੇ ਜਸ਼ਨ ਜਿੱਦਾਂ ਮਨਾਈ ਦੇ ਦੋ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ ਦੁਨੀਆ ਮੇਲੇ ਜਾਂਦੀ ਹੈ ਚੱਲ ਅਸੀਂ ਵੀ ਚੱਲੀਏ ਵੇ ਸੋਹਣਿਆ ਸਾਨੂੰ ਕਿਹਦੀ ਚੋਰੀ ਉਸ ਵੇਲੇ ਸਿਰਫ ਇੱਕ ਅਮਰ ਸਿੰਘ ਢਾਡੀ ਉਹਨਾਂ ਨੇ ਇੱਕ ਸੁਪਨਾ ਲਿਆ ਸੀ ਕਿ ਇੱਦਾਂ ਦੇ ਮੇਲੇ ਲੱਗਣ ਜਿਹਦੇ ਵਿੱਚ ਕੁੜੀਆਂ ਵੀ ਸ਼ਿਰਕਤ ਕਰਨ ਮੁੰਡੇ ਵੀ ਸ਼ਿਰਕਤ ਕਰਨ ਅਸੀਂ ਇਕੱਠੇ ਨੱਚੀਏ ਪਰ ਉਹ ਅੱਜ ਉਹਨਾਂ ਦਾ ਸੁਪਨਾ ਸੱਚਾ ਹੋ ਗਿਆ ਅਤੇ ਉਹ ਸਰੰਗੀ ਵੱਜੀ ਨੂੰ ਪੂਰੇ 25 ਸਾਲ ਹੋ ਗਏ ਅਤੇ ਉਹ ਸ਼ਖਸੀਅਤ ਜਿਹੜੇ ਸਾਡੇ ਮਾਰਗਦਰਸ਼ਕ ਵੀ ਨੇ ਜੇ ਮੈਂ ਭਾਈਆਂ ਦੀ ਗੱਲ ਕਰਾਂ ਜਿਹੜੇ ਥੈਂਕ ਯੂ ਭਰਾਵਾਂ ਦੇ ਪਿਆਰ ਦੀ ਗੱਲ ਕਰਾਂ ਕਿ ਪਰਮਾਤਮਾ ਵੱਲੋਂ ਭਰਾ ਮਿਲਦੇ ਆ ਪਰਿਵਾਰ ਮਿਲਦੇ ਆ ਜੇ ਮੇਰੇ ਵੱਸ ਹੋਵੇ ਮੇਰੇ ਇਖਤਿਹਾਰ 'ਚ ਗੱਲ ਹੋਵੇ ਤਾਂ ਮੇਰਾ 100 ਜਨਮ ਵੀ ਹੋਵੇ ਤਾਂ ਮੈਂ ਵੱਡੇ ਭਾਅ ਜੀ ਨੂੰ ਆਪਣਾ ਭਰਾ ਚੁਣਾਂ ਹਾਂ ਹੁਣ ਮੈਂ ਉਹਨਾਂ ਨੂੰ ਸਟੇਜ 'ਤੇ ਬੁਲਾਉਣ ਜਾ ਰਿਹਾ ਤੁਹਾਡੇ ਮਨਪਸੰਦ ਤੁਹਾਡੇ ਚਹੇਤੇ ਜਿਨ੍ਹਾਂ ਨੂੰ ਤੁਸੀਂ 25 ਸਾਲ ਹੋ ਗਏ ਆਪਣੇ ਦਿਲਾਂ ਵਿੱਚ ਵਸਾਇਆਂ ਨੂੰ ਸਾਨੂੰ ਯੋਗਤਾ ਤੋਂ ਵੱਧ ਕੇ ਹਮੇਸ਼ਾ ਤੁਸੀਂ ਮਾਣ ਦਿੰਦੇ ਹਾਂ ਮੇਰੀ ਮੁਰਾਦ ਹੈ ਮੇਰੇ ਵੱਡੇ ਭਰਾ ਮਨਮੋਹਣ ਵਾਰਸ ਯੂਕੇ ਸਮੇਤ ਪੂਰੇ ਯੂਰਪ ਚ ਵਸਦੇ ਪੰਜਾਬੀ ਬ੍ਰਿਟ ਏਸ਼ੀਆ ਟੀਵੀ ਦੇ ਨਾਲ ਹੁਣ ਪ੍ਰਾਈਮ ਏਸ਼ੀਆ ਟੀਵੀ ਦੇ ਵਰਲਡ ਫੇਮਸ ਪੰਜਾਬੀ ਸ਼ੋਜ਼ ਵੀ ਦੇਖ ਸਕਦੇ ਨੇ ਜਿਵੇਂ ਪ੍ਰਾਈਮ ਡਿਸਕਸ਼ਨ ਖਬਰ ਦੀ ਖਬਰ ਜੱਜ ਦਾ ਵਿਚਾਰ ਪ੍ਰਾਈਮ ਫੋਕਸ ਪ੍ਰਾਈਮ ਵੂਮੈਨ ਪ੍ਰਾਈਮ ਟਾਈਮ ਪ੍ਰਾਈਮ ਜ਼ਿੰਦਗੀ ਪ੍ਰਾਈਮ ਚਰਚਾ ਪ੍ਰਾਈਮ ਨਿਊਜ਼ ਤੇ ਹੋਰ ਵੀ ਬਹੁਤ ਸਾਰੇ ਸ਼ੋਜ਼ 50 ਦੇ ਕਰੀਬ ਦੇਸ਼ਾਂ ਚ ਵਸਦੇ ਪੰਜਾਬੀਆਂ ਦੇ ਟੀਵੀ ਸੈਟਸ ਤੇ ਸਕਾਈ ਟੀਵੀ ਚੈਨਲ 743 ਵਰਜਨ ਟੀਵੀ ਚੈਨਲ 840 ਫ੍ਰੀ ਵਿਊ ਚੈਨਲ ਨੰਬਰ 264 ਤੇ 9 ਅਗਸਤ 2018 ਤੋਂ ਆਨਵਰਡਸ ਬ੍ਰਿਟਿਸ਼ ਏਸ਼ੀਆ ਟੀਵੀ ਹੈ ਜਿੱਥੇ ਪ੍ਰਾਈਮ ਏਸ਼ੀਆ ਟੀਵੀ ਹੈ ਉੱਥੇ